ਜੀ 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 ਤੁਹਾਨੂੰ ਪਤਾ ਕਿ ਇਸ ਵੇਲੇ ਐਨ ਡੀ ਪੀ ਕੋ 46 ਸੀਟਾਂ ਆ 45 ਕੰਜ਼ਰਵਟਿਵ ਕੋਲ ਆ ਤੇ ਦੋ ਜਿਹੜੀਆਂ ਉਹ ਗ੍ਰੀਨ ਪਾਰਟੀ ਕੋਲ ਆ ਪਹਿਲਾਂ ਤਾਂ ਜਿਹੜੀਆਂ 100 ਤੋਂ ਘੱਟ ਸੀਟਾਂ ਨੇ ਦੋ ਜਿੱਥੇ 100 ਤੋਂ ਘੱਟ ਵੋਟਾਂ ਦਾ ਫਰਕ ਆ ਉਹਨਾਂ ਤੇ ਵੋਟਾਂ ਗਿਣ ਹੋਣਗੀਆਂ ਜੇ ਤੇ ਉਹ ਪਲਟ ਗਈਆਂ ਦੂਜੇ ਪਾਸੇ ਐਨ ਡੀ ਪੀ ਤੋਂ ਕੰਜ਼ਰਵਟ ਕੋਲ ਚਲੇ ਗਈਆਂ ਤਾਂ ਬੜੀ ਸਿੱਧੀ ਗੱਲ ਆ ਕਿ ਉਹਨਾਂ ਦੀਆਂ 47 ਸੀਟਾਂ ਪੂਰੀਆਂ ਹੋ ਜਾਣੀਆਂ ਉਹਨਾਂ ਦੀ ਸਰਕਾਰ ਬਣ ਜਾਣੀ ਆ ਮੰਨ ਲਓ ਸਥਿਤੀ ਇਦਾਂ ਹੀ ਰਹਿੰਦੀ ਆ ਕਿਉਂਕਿ ਉਹ ਇਲੈਕਟ੍ਰੋਨਿਕ ਟੈਬੂਲੇਟਰ ਦੇ ਨਾਲ ਮੋਟਾਂ ਜਿਹੜੀਆਂ ਐਤਕੀ ਗਿਣੀਆਂ ਆ ਭੁਲੇਖਾ ਲੱਗਣ ਦੇ ਚਾਂਸ ਘਟਿਆ ਆ ਆ ਜਾਂ ਜੇ ਕਹਿ ਲੋਕ ਜਿਹੜੀਆਂ ਵੋਟਾਂ ਗਿਣ ਹੋਣ ਵਾਲੀਆਂ ਹਜੇ ਰਹਿੰਦੀਆਂ 50000 ਜੇ ਉਹ ਗਿਣ ਗਿਣੀਆਂ ਜਾਂਦੀਆਂ ਉਹਦੇ ਨਾਲ ਰਿਜ਼ਲਟ ਬਦਲ ਜਾਂਦੇ ਫਿਰ ਕੀ ਹੋਊਗਾ ਜੇ ਆਹੀ ਸਥਿਤੀ ਰਹਿੰਦੀ ਹੈ ਇੱਕ ਤੇ ਇਹਦੇ ਵਿੱਚ ਹੋ ਸਕਦਾ ਕਿ ਜਿਹੜੀ ਗ੍ਰੀਨ ਪਾਰਟੀ ਕਿਹਦੇ ਨਾਲ ਜਾਂਦੀ ਆ ਹੁਣ ਗ੍ਰੀਨ ਪਾਰਟੀ ਦੇ ਹੁਣ ਤੱਕ ਜਿਹੜੀ ਸੂਚਨਾ ਇਹ ਆਈ ਹੈ ਕਿ ਉਹਦੇ ਜ਼ਿਆਦਾ ਚਾਂਸ ਐਨਡੀਪੀ ਨਾਲ ਜਾਣਦੇ ਆ ਹਾਲਾਂਕਿ ਉਹਨਾਂ ਤੱਕ ਸੋਨੀਆ ਫਸਟਨੌ ਜਿਹੜੀ ਇਹਨਾਂ ਦੀ ਲੀਡਰ ਆ ਗ੍ਰੀਨ ਪਾਰਟੀ ਦੀ ਦੋ ਐਮਐਲਏ ਇਹਨਾਂ ਦੇ ਜਿੱਤੇ ਆ ਦੋਹਾਂ ਨੇ ਉਹਦੇ 'ਚ ਯਕੀਨ ਪ੍ਰਗਟ ਕੀਤਾ ਕਿ ਅਸੀਂ ਇਹਦੇ ਨਾਲ ਇਹਦੀ ਲੀਡਰਸ਼ਿਪ ਦੇ ਥੱਲੇ ਸਾਰਾ ਕੁਝ ਠੀਕ ਆ ਸੋਨੀਆ ਫਸਟਨੌ ਨੇ ਇਹ ਕਿਹਾ ਕਿ ਉਹਨਾਂ ਦੀ ਡੇਵਿਡ ਐਵੀ ਦੇ ਨਾਲ ਗੱਲ ਹੋਈ ਆ ਹੁਣ ਜਦੋਂ ਇਲੈਕਸ਼ਨ ਦਾ ਰਿਜ਼ਲਟ ਕਲੀਅਰ ਹੋ ਜੂਗਾ ਸਾਰਾ ਕੁਝ ਸਪਸ਼ਟ ਹੋ ਜੂਗਾ ਵੋਟਾਂ ਗਿਣੀਆਂ ਜਾਣਗੀਆਂ ਪਤਾ ਲੱਗ ਜੂਗਾ ਉਸ ਅਦਾ ਕਿਸੇ ਪਾਰਟੀ ਦੀ ਬਿਨਾਂ ਗ੍ਰੀਨ ਤੋਂ ਸਪੋਰਟ ਸਪੋਰਟ ਤੋਂ ਸਰਕਾਰ ਬਣ ਜੇ ਤੇ ਹੋ ਸਕਦਾ ਜਿਹੜੀ ਆ ਉਹ ਇੱਕ ਪਾਰਟੀ ਅੱਗੇ ਆ ਜੇ ਉੱਥੇ ਫਿਰ ਜਿਹੜਾ ਇਹ ਉਹ ਕਹਿੰਦੇ ਵੀ ਜਿਹੜੀ ਗ੍ਰੀਨ ਪਾਰਟੀ ਨੇ ਹੁਣ ਤੱਕ ਜਿਹੜੀ ਜਾਣਕਾਰੀ ਦਿੱਤੀ ਹੈ ਵੀ ਅਸੀਂ ਉਹਦੇ ਤੋਂ ਬਾਅਦ ਫੈਸਲਾ ਕਰਾਂਗੇ ਅਸੀਂ ਕਿਹਦੇ ਨਾਲ ਜਾਣਾ ਹੈ ਤੇ ਦੂਜੀ ਜਿਹੜੀ ਗੱਲਬਾਤ ਇਹ ਦਸੀ ਹੈ ਉਹ ਕਹਿੰਦੇ ਡੇਵਿਡ ਡੀਵੀ ਦੇ ਨਾਲ ਗੱਲਬਾਤ ਹੋਈ ਹੈ ਤੇ ਉਹ ਅਸੀਂ ਜਿਹੜਾ ਵੇਟ ਕਰ ਰਹੇ ਹਾਂ ਫਾਈਨਲ ਪ੍ਰੋਵਿੰਸ਼ੀਅਲ ਇਲੈਕਸ਼ਨ ਰਿਜ਼ਲਟ ਦੀ ਦੂਜੀ ਗੱਲ ਇਹਦੇ ਵਿੱਚ ਮਹੱਤਵਪੂਰਨ ਹੈ ਕਿ ਜੌਨ ਰਸ਼ਰ ਨੇ ਵੀ ਸੋਨੀਆ ਫਾਸਟ ਨੂੰ ਫੋਨ ਕੀਤਾ ਹੈ ਕਿਉਂਕਿ 45 ਉਹਨਾਂ ਕੋਲੇ ਵੀ ਹੈਗੀਆਂ 2 ਜੇ ਉਹਨਾਂ ਨਾਲ ਰਲ ਜਣ ਤੇ 47 ਉਹਨਾਂ ਦੀਆਂ ਹੋ ਜਾਂਦੀਆਂ ਐਂਡੀਪੀ ਪਿੱਛੇ ਰਹਿ ਜਾਂਦੀ ਆ ਉਹ ਕਹਿੰਦੇ ਸੋਨੀਆ ਫਰਸਟ ਉਹਨੇ ਫੋਨ ਚੱਕਿਆ ਨਹੀਂ ਉਹਨਾਂ ਦਾ ਉਹ ਕਹ੍ਯੋ ਨੇ ਆ ਵੀ ਮੈਨੂੰ ਨੰਬਰ ਪਤਾ ਨਹੀਂ ਸੀ ਕਿਹਦਾ ਸੀ ਮੈਨੂੰ ਪਤਾ ਨਹੀਂ ਲੱਗਾ ਤੇ ਪਰ ਉਹਨਾਂ ਨੇ ਦੱਸਿਆ ਕਿ ਜੇ ਅਸੀਂ ਇਹਨਾਂ ਦੇ ਨਾਲ ਜਾਣੇ ਆ ਜੌਨ ਰਸਟਰਡ ਦੇ ਨਾਲ ਤਾਂ ਸਾਨੂੰ ਜਿਹੜੀਆਂ ਕਾਫੀ ਚੇਂਜੇਸ ਆ ਇਹਨਾਂ ਨੂੰ ਉਹਦੇ ਵਿੱਚ ਕਰਨੀਆਂ ਪੈਣਗੀਆਂ ਸੋ ਸੰਭਾਵਨਾ ਕੀ ਆ ਪਤਾ ਨਹੀਂ ਪਰ ਭਾਵੇਂ ਕਿ ਆਪਣੀ ਇਹ ਸੀਟ ਹਾਰ ਗਈ ਐ ਸੋਨੀਆ ਫਾਸਟ ਨੂੰ ਪਰ ਜਿਹੜੇ ਦੋ ਇਹਨਾਂ ਦੇ ਐਮਐਲਏ ਨੇ ਉਹਨਾਂ ਨੇ ਆਪਣਾ ਭਰੋਸਾ ਇਹਨਾਂ ਦੇ ਵਿੱਚ ਦੱਸਿਆ ਕਿ ਸਾਡੀ ਫੁੱਲ ਸਪੋਰਟ ਆ ਲੀਡਰਸ਼ਿਪ ਦੇ ਵਿੱਚ ਤੇ ਹੁਣ ਜਦੋਂ ਫਾਈਨਲ ਰਿਜ਼ਲਟ ਆਉਣਗੇ ਉਸ ਤੋਂ ਬਾਅਦ ਦੇਖਿਆ ਜਾਊਗਾ ਕਿ ਕੀ ਬਣਦਾ ਪਰ ਉਹ ਕਹਿੰਦੇ ਬੀਸੀਐਨਡੀਪ ਦੇ ਲੀਡਰ ਡੇਵ ਡੀਬੀ ਨਾਲ ਗੱਲਬਾਤ ਕੀਤੀ ਹੈ ਪਰ ਬੀਸੀ ਕੰਸਰਵਟਿਵ ਗੁਜਰਾਉਂ ਰਸਟਡ ਦਾ ਫੋਨ ਉਹਨਾਂ ਨੂੰ ਨੰਬਰ ਨਹੀਂ ਪਤਾ ਸੀ ਤੇ ਉਹਨਾਂ ਨੇ ਗੱਲਬਾਤ ਉਹਨਾਂ ਦੇ ਨਾਲ ਨਹੀਂ ਕੀਤੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ